ਖੰਨਾ ਸ਼ਹਿਰ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ AS ਹਾਇਰ ਸੈਕੰਡਰੀ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦਾ ਚੋਣਾਂ ਨੂੰ ਬਿਗਲ ਵੱਜਦੇ ਸਾਰ ਹੀ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਅੱਜ ਸਰਦਾਰ ਗੁਰਪ੍ਰੀਤ ਸਿੰਘ ਭੱਟੀ ਦੇ ਨਿਵਾਸ ਸਥਾਨ 'ਤੇ ਇੱਕ ਵਿਸ਼ਾਲ ਬੈਠਕ ਦਾ ਆਯੋਜਨ ਕੀਤਾ, ਜਿਸ ਦੇ ਵਿੱਚ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਵਿੱਚ 20 ਮੈਂਬਰੀ ਟੀਮ ਜਿਹੜੀ ਚੁਣਾਵ ਲੜੂਗੀ ਉਸ ਦੇ ਨਾਮ ਜਿਹੜੇ ਨੇ ਪ੍ਰਧਾਨ ਤਰੁਣ ਲੂੰਬਾ ਨੇ ਜੱਗ ਜ਼ਾਹਰ ਕੀਤੇ। ਕਈ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਸੀ ਕਿ ਉਹ ਇਲੈਕਸ਼ਨ ਲੜਨਗੇ। ਐਡਵੋਕੇਟ ਅਜੇ ਦੇਸ਼ਵਰ ਜੀ, ਜੈ ਸ਼੍ਰੀ ਰਾਮ। ਮੇਜਰ ਸੰਦੀਪ ਨਾਇਕ ਜੀ, ਜੈ ਸ਼੍ਰੀ ਰਾਮ। ਪ੍ਰਦੀਪ ਕੌਸ਼ਲ ਜੀ, ਜੈ ਸ਼੍ਰੀ ਰਾਮ। ਸੀਏ ਰਕੇਸ਼ ਗੋਇਲ ਜੀ, ਜੈ ਸ਼੍ਰੀ ਰਾਮ। ਡਾਕਟਰ ਅਚਲ ਕਾਂਸਲ ਜੀ, ਜੈ ਸ਼੍ਰੀ ਰਾਮ। ਦਿਨੇਸ਼ ਵਿੱਚ ਜੀ, ਜੈ ਸ਼੍ਰੀ ਰਾਮ। ਡਾਕਟਰ ਸਮੇਸ਼ ਬੱਤਾ ਜੀ, ਜੈ ਸ਼੍ਰੀ ਰਾਮ। ਡਾਕਟਰ ਅਸ਼ਵਨੀ ਬੰਸਲ ਜੀ, ਜੈ ਸ਼੍ਰੀ ਰਾਮ। ਜਸਪਾਲ ਲੋਟੇ ਜੀ, ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਤੁਸੀਂ 99% ਲੜਾਈ ਜਿੱਤ ਲਈ ਜੀ ਅੱਜ, ਮੈਨੂੰ ਵਧਾਈਆਂ ਲੈ ਲਓ। ਇਸ ਖੰਨਾ ਟਰੱਸਟ ਐਂਡ ਮੈਨੇਜਮੈਂਟ ਦੀਆਂ ਚੋਣਾਂ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣਾ ਬਿਗਲ ਵਜਾ ਦਿੱਤਾ ਹੈ ਅਤੇ ਆਪਣੇ 20 ਦੇ 20 ਕੈਂਡੀਡੇਟ ਜਿਹੜੇ ਨੇ ਅੱਜ ਇੱਥੇ ਅਨਾਊਂਸ ਕਰ ਦਿੱਤੇ ਗਏ ਨੇ। ਤੁਸੀਂ ਪਹਿਲੀਆਂ ਸੀਟਾਂ ਦੇ ਉੱਪਰ ਜਿਹੜੇ ਕੈਂਡੀਡੇਟ ਬੈਠੇ ਦੇਖ ਰਹੇ ਹੋ, ਇਹ ਚਿਹਰੇ ਜਿਹੜੇ ਕਿ AS ਮੈਨੇਜਮੈਂਟ ਦੇ ਇਲੈਕਸ਼ਨ ਲੜਨਗੇ। ਸੋ ਅੱਜ ਬੜੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਪਹਿਲੀ ਵਾਰ ਅਲੱਗ ਹੋ ਕੇ ਇਲੈਕਸ਼ਨ ਲੜ ਰਹੀ ਹੈ ਮੈਨੇਜਮੈਂਟ ਦੇ, ਇਸ ਦੇ ਵਿੱਚ 20 ਮੈਂਬਰਾਂ ਦੀ ਟੀਮ ਜਿਹੜੀ ਹੈ ਇਹਨਾਂ ਦੀ ਅੱਜ ਫਾਈਨਲ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਮੋਰਚਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੇ ਗੜ੍ਹ ਦਿੱਤਾ ਹੈ, ਝੰਡਾ ਲਹਿਰਾ ਰਿਹਾ ਜੀ। ਪ੍ਰੋਗਰੈਸਿਵ ਪੈਨਲ ਜਿਹੜਾ ਐਜੂਕੇਸ਼ਨ ਦਾ ਨਾਮ ਦੇ ਉੱਪਰ ਇਹ ਪੈਨਲ ਬਣਾਇਆ ਗਿਆ ਹੈ, ਜਿਸ ਦੇ ਵਿੱਚ 20 ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਅਤੇ 20 ਦੇ 20 ਕੈਂਡੀਡੇਟ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਨਿਰੋਲ ਹੋ ਕੇ ਜਿਹੜਾ ਹੈ ਇਹ ਇਲੈਕਸ਼ਨ ਲੜੇ ਜਾ ਰਿਹਾ। ਭਾਰਤ ਮਾਤਾ ਕੀ ਜੈ। ਕੀ ਕਹਿਣਾ ਚਾਹੁੰਦੇ ਹੋ ਜੇ ਅੱਜ BJP ਵੱਲੋਂ ਨਿਰਪੱਖ ਹੋ ਕੇ ਜਿਹੜੀ ਹੈ ਇਲੈਕਸ਼ਨ ਲੜਿਆ ਜਾ ਰਿਹਾ ਮੈਨੇਜਮੈਂਟ ਦਾ? ਅੱਜ ਬਹੁਤ ਖੁਸ਼ੀ ਦੀ ਗੱਲ ਹੈ, ਜੋ ਖੰਨਾ ਸਕੂਲ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਹੋ ਰਹੀ ਹੈ, ਇਹਦੇ ਵਿੱਚ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਲੋਕ ਜੋ ਖੰਨੇ ਸ਼ਹਿਰ ਨਿਵਾਸੀ ਨੇ ਉਹ ਐਜੂਕੇਸ਼ਨ ਵਾਸਤੇ ਜੋ BJP ਦਾ ਇੱਕ ਬਹੁਤ ਮਹੱਤਵਪੂਰਨ ਰੋਲ ਆਪਣੇ ਆਪ ਲਈ ਦੇਖ ਰਹੇ ਸੀ, ਅਤੇ ਅੱਜ ਬੜੀ ਖੁਸ਼ੀ ਦੀ ਗੱਲ ਆ, ਸਾਡੇ ਸਾਰੇ ਹੀ ਨਾਮਵਾਰ ਬੰਦੇ, ਸਾਰੇ ਪੁਰਾਣੇ ਮੈਂਬਰ ਸਾਹਿਬਾਨ ਅਤੇ ਨਵੇਂ ਜੋ ਸੱਚੇ ਮਨੋਂ ਇੰਸਟੀਚਿਊਟ ਦੀ ਸੇਵਾ ਕਰਨੀ ਚਾਹੁੰਦੇ ਨੇ ਉਹ ਸਾਰਿਆਂ ਦਾ ਅੱਜ ਅਸੀਂ ਐਲਾਨ ਕੀਤਾ। ਅਤੇ ਮੈਂ ਇਹ ਦਾਅਵੇ ਨਾਲ ਅੱਜ ਹੀ ਕਹਿ ਸਕਦਾ ਵੀ ਜਿਸ ਤਰੀਕੇ ਦੇ ਅਨੁਸਾਰ ਅੱਜ ਦਾ ਸਾਰਾ ਪੈਨਲ ਫਾਈਨਲ ਹੋਇਆ, ਜਿਸ ਪਿਆਰ ਨਾਲ ਅਤੇ ਲੋਕਾਂ ਨੇ ਉਤਸ਼ਾਹ ਦਿਖਾਇਆ, ਅਤੇ ਅਸੀਂ ਬਹੁਤ ਸੰਮਤੀ ਦੇ ਵਿੱਚ ਤਕਰੀਬਨ ਸਾਰੇ ਸਾਡੇ ਬੰਦੇ ਜਿੱਤਣ ਵਾਲੇ ਨੇ, ਅਤੇ ਅਸੀਂ ਬਹੁਤ ਸੰਮਤੀ 'ਚ ਆ ਕੇ ਇੱਥੇ ਖੰਨੇ ਸ਼ਹਿਰ ਦੀ ਐਜੂਕੇਸ਼ਨ ਸੰਸਥਾ ਦੀ ਬਹੁਤ ਅੱਛੇ ਤਰੀਕੇ ਨਾਲ ਸੇਵਾ ਕਰਾਂਗੇ। ਅਤੇ ਮੈਂ ਲੋਕਾਂ ਨੂੰ ਉਮੀਦ ਕਰਦਾ ਅਤੇ ਵਿਸ਼ਵਾਸ ਵੀ ਦਿਵਾਉਂਦਾ ਵੀ ਇੱਕ ਵਾਰੀ BJP ਨੂੰ ਪੂਰਨ ਤੌਰ 'ਤੇ ਮੌਕਾ ਦਿਓ, ਅਤੇ ਅਸੀਂ ਜੋ
ਉਹ ਤਾਈਆਂ ਪਹਿਲਾਂ ਇਸ ਇਸ ਮੈਨੇਜਮੈਂਟ ਕਮੇਟੀ ਦੇ ਵਿੱਚ ਹੋ ਰਹੀਆਂ ਉਹਨਾਂ ਨੂੰ ਦੂਰ ਕਰਦੇ ਹੋਏ ਇੱਕ ਖੰਨੇ ਸ਼ਹਿਰ ਦਾ ਭਵਿੱਖ ਜੋ ਆਉਣ ਵਾਲੇ ਬੱਚਿਆਂ ਨੂੰ ਨੌਜਵਾਨਾਂ ਨੂੰ ਚੰਗੀ ਐਜੂਕੇਸ਼ਨ ਨਾਲ ਅਤੇ ਸਪੋਰਟਸ ਦੀਆਂ ਫੈਸਿਲਿਟੀਆਂ ਨਾਲ ਦੇ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਬੀਜੇਪੀ ਸੇਵਾ ਕਰੂਗੀ। ਧੰਨਵਾਦ। ਦੇਖੋ ਪਿਛਲੇ 6-7 ਸਾਲ ਦੇ ਵਿੱਚ ਖੰਨੇ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਔਰ ਸੰਸਥਾਵਾਂ ਦਾ ਮਿਆਰ ਬਹੁਤ ਨੀਚੇ ਚਲਾਇਆ ਗਿਆ। ਇਸ ਗੱਲਾਂ ਤੋਂ ਆਹਤ ਹੋ ਕੇ ਆ ਸੋਚਿਆ ਵੀ ਇੱਕ ਵਾਰੀ ਫਿਰ ਜ਼ੋਰ ਲਾ ਕੇ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਨੂੰ ਅੱਗੇ ਲੈ ਕੇ ਆਈਏ ਅਤੇ ਸੰਸਥਾ ਦਾ ਸੁਧਾਰ ਕਰੀਏ ਤਾਂ ਕਿ ਇਹ ਸੰਸਥਾ ਆਪਣੇ ਜਿਹੜੇ ਪਹਿਲਾਂ ਮੁਕਾਮ 'ਤੇ ਸੀ ਉੱਥੇ ਪਹੁੰਚ ਸਕੇ। ਮੈਂਬਰ ਸਾਹਿਬ 20 ਮੈਂਬਰ ਨਹੀਂ, ਮੈਂਬਰ ਬਹੁਤ ਜ਼ਿਆਦਾ ਸੀ, ਲੇਕਿਨ ਕਈ ਬੰਦਿਆਂ ਨੇ ਜਿਹੜੇ ਸਾਡੇ ਹੈਗੇ ਆ ਆਪਣੇ ਅਫਸੋਸ ਦਿਖਾ ਕੇ ਆਪ ਆਏ ਹੈ। ਔਰ ਬੜੀ ਇੱਕ ਸਾਡੀ ਜਿਹੜਾ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਬਣਾਇਆ ਸੀਗਾ ਉਹਦੀ ਇੱਕ ਹੌਸਲਾ ਉਹਦਾ ਬੁਲੰਦ ਹੋਇਆ ਔਰ ਮੈਂ ਆਸ ਕਰਦਾ ਔਰ ਮੈਨੂੰ ਵਿਸ਼ਵਾਸ ਹੈ ਕਿ ਸ਼ਹਿਰ ਦੇ ਲੋਕ ਇਸ ਸੰਸਥਾ ਦੀ ਤਰੱਕੀ ਵਾਸਤੇ ਇਸ ਪੈਨਲ ਦੇ 20 ਬੰਦੇ ਜਿਤਾਉਣਗੇ। ਬਸ ਇਸ ਵਾਰ ਇਲੈਕਸ਼ਨ ਲੜ ਰਹੇ ਹਾਂ ਜੀ ਸਕੂਲ ਮੈਨੇਜਮੈਂਟ ਦਾ ਅਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹਾਂ, ਚਾਹੇ ਮੇਰੀ ਫੈਮਿਲੀ ਬਹੁਤ ਪਿਛਲੇ 4 ਦਸ਼ਕਾਂ ਤੋਂ ਇਲੈਕਸ਼ਨ ਲੜ ਰਹੀ ਸੀ ਔਰ ਸ਼ਹਿਰ ਨੇ ਬੜਾ ਮਾਣ ਬਖਸ਼ ਕੇ ਜਿਤਾਇਆ। ਇਸ ਵਾਰ ਬੇਨਤੀ ਕਰਦਾ ਕਿ ਮੇਰੇ 'ਤੇ ਆਸ਼ੀਰਵਾਦ ਰੱਖਣ ਔਰ ਮੈਂ ਚੰਗਾ ਕੰਮ ਕਰਾਂ। ਉਹਦਾ ਕੀ ਕਹਿਣਾ ਚਾਹੁੰਦਾ ਜਿਹੜੀ ਅੱਜ ਬੀਜੇਪੀ ਗੰਨੀ ਹੋ ਅੱਜ ਤੁਹਾਡੀ ਨਿਰਪੱਖ ਟੀਮ ਬਣੀ ਹੈ? ਦੇਖੋ ਸ਼ਹਿਰ ਦੀ ਇੱਕ ਆਵਾਜ਼ ਸੀ ਵੀ ਜਿਵੇਂ ਪਿਛਲੀ ਥੋੜ੍ਹੇ ਟਾਈਮ ਤੋਂ ਅਸੀਂ ਸਾਇਲੈਂਟ ਸੀਗੇ ਜਾਂ ਜੋ ਵੀ ਸੀਗਾ ਕਿ ਬੀਜੇਪੀ ਆਪਣਾ ਇੱਕ ਆਪਣਾ ਮਲੋਰ ਗਰੁੱਪ ਬਣਾ ਕੇ ਇਲੈਕਸ਼ਨ ਲੜੇ, ਠੀਕ ਹੈ ਨਹੀਂ? ਤਾਂ ਅੱਜ ਪੱਟੀ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਅਸੀਂ ਪੱਟੀ ਸਾਹਿਬ ਦੇ ਘਰੇ ਮੀਟਿੰਗ ਰੱਖੀ। ਪੱਟੀ ਸਾਹਿਬ ਨੇ ਅੱਜ ਆਲਮੋਸਟ 20 ਬੰਦੇ ਦੀ ਲਿਸਟ ਬਣਾ ਲਿੱਤੀ ਹੈਗੀ, ਬਾਕੀ 1-2 ਬੰਦਿਆਂ 'ਚ ਐਬਸੈਂਟ ਸੀ, ਤਮੀਜਾ ਜਿਹਨੂੰ ਕੰਮ ਸੀਗਾ, ਅਜੇ ਸੂਰਜ ਨੂੰ ਕੰਮ ਸੀਗਾ, ਉਹ ਆਏ ਨਹੀਂ ਹੈਗੇ। ਉਹਨਾਂ ਨਾਲ ਵਾਰਤਾ ਕਰਕੇ ਪੱਟੀ ਸਾਹਿਬ ਮੇਰੇ ਕਿਹਾ ਕੱਲ੍ਹ ਸ਼ਾਮ ਤੱਕ ਅਸੀਂ ਆਪਣੇ ਕੈਂਡੀਡੇਟ ਦੇ ਨਾਮ ਅਨਾਊਂਸ ਕਰ ਦਾਂਗੇ ਔਰ ਸਾਡੇ ਇਸ ਪੈਨਲ ਨੂੰ ਇਸ ਵਾਰ ਮੌਕਾ ਦਊਗਾ ਸੰਸਥਾਵਾਂ ਦੀ ਸੇਵਾ ਕਰਨ ਦਾ। ਧੰਨਵਾਦ ਜੀ। ਮੈਂ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਮੈਨੂੰ ਸਾਹਿਬ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦੀ ਹਾਂ। ਅੱਜ ਸਾਡੀ ਭਾਜਪਾ ਦੀ ਇੱਥੇ ਟੀਮ ਇਕੱਠੀ ਹੋਈ ਸੀ ਗੁਰਪ੍ਰੀਤ ਭੱਟੀ ਜੀ ਦੇ ਨਿਵਾਸ ਸਥਾਨ ਦੇ ਉੱਤੇ, ਉਹਦੇ ਵਿੱਚ ਡਿਟੇਲ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਸਾਰਾ ਕੈਂਡੀਡੇਟਸ ਦੇ ਬਾਰੇ ਜਿਹੜੇ ਆਉਣ ਵਾਲੇ 31 ਮਾਰਚ ਨੂੰ ਇਲੈਕਸ਼ਨ ਹੈ ਉਹਦੇ ਰਿਗਾਰਡਿੰਗ ਇਹ ਮੀਟਿੰਗ ਹੋਈ ਹੈ ਅਤੇ ਉਹਦੇ ਮੋਸਟ ਪ੍ਰੋਬਲੀ ਤਕਰੀਬਨ ਸਭ ਮਤਲਬ 23-24 ਨਾਮ ਸਾਡੇ ਡਿਸਕਸ ਕਰਕੇ ਇੱਥੇ ਹੋ ਗਏ ਆ। ਤਕਰੀਬਨ ਸਾਰੇ ਫਾਈਨਲ ਹੈ 23-24 ਤਕਰੀਬਨ ਅੰਦਾਜ਼ ਸਾਰੇ ਤਕਰੀਬਨ ਜਿਹੜੇ ਸਾਡੇ ਪੁਰਾਣੇ ਜਿਹੜੇ 11 ਬੰਦੇ ਹਾਰੇ ਜਿੱਤੇ ਉਹ, ਅਤੇ ਉਹ ਤੋਂ ਇਲਾਵਾ ਤਕਰੀਬਨ 10-12 ਬੰਦੇ ਹੋਰ ਨੇ ਜਿਹੜੇ ਇੱਥੇ ਅਸੀਂ ਫਾਈਨਲ ਕੀਤੇ ਆ। ਅਤੇ ਉਹਦੇ ਵਿੱਚ ਇੱਕ ਟੀਮ ਬਣਾਈ ਹੈਗੀ ਆ 6 ਮੈਂਬਰੀ, ਉਹ ਅਤੇ ਨਾਲ ਅੱਗੇ ਦੂਜੀ ਟੀਮਾਂ ਵੀ ਸਾਡੀਆਂ ਬਣੀਆਂ, ਉਹਦੇ 'ਤੇ ਵਿਚਾਰ ਵਟਾਂਦਰਾ ਹੋਇਆ। ਉਹ ਟੀਮਾਂ ਦੇ ਵਿੱਚੋਂ ਇਹ ਨਾਮਾਂ ਦੇ ਵਿੱਚੋਂ ਫਾਈਨਲ ਕਰਕੇ ਅਸੀਂ 24-25 ਨਾਮ ਤਕਰੀਬਨ ਹੈਗੇ ਆ ਸਾਡੇ ਕੋਲ, ਇਹਨਾਂ ਦੇ ਵਿੱਚੋਂ 20 ਮੈਂਬਰ ਅਸੀਂ ਕਰਕੇ ਫਾਈਨਲ ਤਕਰੀਬਨ ਬਹੁਤ ਜਲਦੀ ਹੀ ਅਸੀਂ ਮੀਡੀਆ ਦੇ ਵਿੱਚ ਤੁਹਾਨੂੰ ਦੱਸ ਦਿਆਂਗੇ ਕਿਹੜੇ ਬੰਦੇ।
ਸਾਡੇ 24 ਬੱਚਿਆਂ ਦੇ ਵਿੱਚੋਂ 20 ਨਾਮ ਅਸੀਂ ਜਿਹੜੇ ਸਾਡੀ ਜਿਹੜਾ ਪੈਨਲ ਬਣਿਆ ਉਹ ਪੈਨਲ ਇਹਦੇ ਤੋਂ ਸਟੱਡੀ ਕਰਕੇ ਇਹਨੂੰ ਅਸੀਂ ਫਾਈਨਲ ਕਰ ਦਾਂਗੇ ਬੱਚਿਆਂ ਦੇ ਵਿੱਚੋਂ 20 ਨਾਮ। ਜੈ ਸ਼੍ਰੀ ਰਾਮ। ਮੈਂ ਇਹ ਇਲੈਕਸ਼ਨ ਭਾਜਪਾ ਵੱਲੋਂ ਦੂਜੀ ਵਾਰ ਲੜ ਰਿਹਾ, ਵਿਜੇ ਸੰਦੀਪ ਨਾਇਕ ਮੇਰਾ ਨਾਮ ਹੈ। ਇਸ ਵਾਰ ਲੇਕਿਨ ਪਿਛਲੀ ਵਾਰ ਦੇ ਨਾਲੋਂ ਪਿਛਲੀ ਤੋਂ ਪਿਛਲੀ ਵਾਰ ਮੈਂ ਇਲੈਕਸ਼ਨ ਲੜਿਆ ਸੀ। ਇਸ ਵਾਰ ਜਿਹੜੀ ਪਾਰਟੀ ਹੈ ਬਹੁਤ ਸੰਗਠਿਤ ਹੈ, ਇਕੱਠੇ ਇੱਕ ਆਵਾਜ਼ ਦੇ ਵਿੱਚ ਇੱਕ ਸੁਰ ਦੇ ਵਿੱਚ ਪਹਿਲੀ ਵਾਰ ਕਲੀਅਰ 20 ਬੰਦਿਆਂ ਦੀ ਲਿਸਟ ਨਿਕਲ ਕੇ ਆਈ ਹੈ। ਇਹ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਦੇ ਮਨਸੂਬੇ, ਹਰ ਕੈਂਡੀਡੇਟਾਂ ਦੇ ਜਿਹੜੇ ਮਨਸੂਬੇ ਨੇ ਉਹ ਬਿਲਕੁਲ ਕਲੀਅਰ ਨੇ, ਔਰ ਇੱਕ ਜਿੱਤ ਦਾ ਇਹ ਸਮਝ ਲਓ ਵੀ ਇੱਕ ਘੰਟਾ ਇੱਕ ਪ੍ਰਚਾਰਕ ਹੈ। ਧੰਨਵਾਦ। ਦੇਖੋ ਜੀ, ਬੀ ਜੇ ਪੀ ਪਾਰਟੀ ਦਾ ਜੋ ਆਧਾਰ ਹੈ ਹੁਣ ਸ਼ਹਿਰ ਦੇ ਵਿੱਚ, ਵੈਸੇ ਵੀ ਆਪਾਂ ਦੇਖ ਰਹੇ ਹਾਂ ਅੱਗੇ ਇਲੈਕਸ਼ਨ ਵੀ ਆ ਰਹੇ ਨੇ, ਤੋ ਸਾਡੀ ਇੱਕ ਇੱਛਾ ਸੀਗੀ ਵੀ ਬੀ ਜੇ ਪੀ ਟੋਟਲੀ ਇੰਡੀਪੈਂਡ ਹੋ ਕੇ ਇਲੈਕਸ਼ਨ ਲੜੇ। ਪਹਿਲਾਂ ਵੀ ਲੜਿਆ ਜਿਹੜਾ ਲੋਕ ਸਭਾ ਇਲੈਕਸ਼ਨ ਹੋਇਆ ਸੀਗਾ, ਹੁਣ ਜਿਹੜਾ ਮੈਨੇਜਮੈਂਟ ਦਾ ਇਲੈਕਸ਼ਨ ਆ ਉਹ ਬੀ ਜੇ ਪੀ ਟੋਟਲੀ ਇੰਡੀਪੈਂਡ ਹੋ ਕੇ ਇਲੈਕਸ਼ਨ ਲੜ ਰਹੀ ਹੈ। ਔਰ ਮੈਨੂੰ ਵੀ ਅਪਰੋਚ ਕੀਤਾ ਗਿਆ, ਅਸੀਂ ਵੀ, ਸਾਨੂੰ ਵੀ ਪਾਰਟੀ ਦੀਆਂ ਪੋਲਿਸੀਜ਼ ਇੱਦਾਂ ਦੀਆਂ ਨੇ, ਠੀਕ ਹੈ, ਸਾਨੂੰ ਵੀ ਵਧੀਆ ਲੱਗਿਆ। ਕੋਸ਼ਿਸ਼ ਇਹੀ ਹੈ ਵੀ ਸਾਡਾ ਪੈਨਲ ਇੱਕ ਵਧੀਆ ਦੇਖਣਾ, 20 ਤੋਂ 25 ਕੈਂਡੀਡੇਟ ਹੋਏ ਵੀ ਨੇ, ਅੱਜ ਡਿਸਾਈਡ ਹੋਏ ਨੇ, ਨਾਮ ਡਿਸਾਈਡ ਹੋਏ ਨੇ, ਵਧੀਆ ਪੈਨਲ ਬਣ ਕੇ ਆ ਰਿਹਾ। ਇੱਕ ਵਾਰ ਸਾਨੂੰ ਉਮੀਦ ਹੈ ਵੀ ਜਿਹੜੀ ਥੰਨੇ ਦੀ ਜਨਤਾ, ਸ਼ਹਿਰ ਦੇ ਜਿਹੜੇ ਨੁਮਾਇੰਦੇ ਨੇ, ਵਧੀਆ ਜਿਹੜੇ ਵੋਟਰ ਨੇ, ਉਹ ਸੂਝ ਬੂਝ ਨਾਲ ਵੋਟਰ ਪਾ ਕੇ ਪੈਨਲ ਨੂੰ, ਬੀਜੇਪੀ ਦੇ ਪ੍ਰੋਗਰੈਸਿਵ ਪੈਨਲ ਨੂੰ ਉੱਪਰ ਲੈ ਕੇ ਆਉਣ।